ਉਹ ਘੋੜੇ ਬਾਰੇ ਗੱਲ ਫੇਰ ਕਰਾਂਗੇ ਪਹਿਲਾਂ ਮੁੰਡੇ ਦੀ ਪਲਾਕੀ ਦੇਖੋ ਕਰਤੀ ਨਾ ਕਮਾਲ ਸੱਚ ਨੂੰ ਆਜੋ ਦਿਖਾਉਨੇ ਆ ਤੁਹਾਨੂੰ ਪੰਜਾਬ نسل ਦਾ ਨੀਲਾ ਬਸ਼ੇਰਾ 22 ਕੱਦ 67 ਇੰਚ ਹੈ ਤੇ ਹਾਲੇ ਦੋ ਦੰਦ ਹੋਇਆ ਹੀ ਹੈ ਮਾਰਕੀਟ ਦੇ ਵਿੱਚ ਇਹਦੀ ਨਾ ਕੋਈ ਫੋਟੋ ਤੇ ਨਾ ਕੋਈ ਵੀਡੀਓ ਤੇ ਨਾ ਕੋਈ ਅਤਾ ਤੇ ਨਾ ਕੋਈ ਪਤਾ ਕਿਸੇ ਨੂੰ ਹੈ ਹੀ ਨਹੀਂ ਕਿ ਐਡਾ ਜਾਨਵਰ ਵੀ ਤਿਆਰ ਹੋਇਆ ਖੜਾ ਉਹ ਵੀ ਪੰਜਾਬ ਨਸਲ ਦਾ ਮੱਝੂਗਿਆਂ ਵਾਲੀ ਲਾਈਨ ਦਾ ਤੇ ਖਲੀ ਦਾ ਇਹਦਾ ਨਾਂ ਹੈ ਸੱਜਣੋ ਖਲੀ ਬਾਦਸ਼ਾਹ ਇਹ ਦਾਰਾਪੁਰ ਵਾਲੇ ਖਲੀ ਦਾ ਬੱਚਾ ਜੰਨਾ ਵੱਡਾ ਤੇ ਨਰੋਆ ਸਿਆਣਾ ਉਦੋਂ ਵੀ ਜ਼ਿਆਦਾ ਤੁਸੀਂ ਸਿਆਣ ਹੀ ਲਿਆ ਹੋਊਗਾ ਮੁੰਡਾ ਇਹ ਸ਼ਮਸ਼ਾਦ ਹੈ ਜਿਹੜਾ ਫੈਰੀਅਰ ਆ ਮੇਰੇ ਘੋੜਿਆਂ ਦੇ ਪੈਰ ਵੀ ਇਹੀ ਮੁੰਡਾ ਬਣਾਉਂਦਾ ਪੈਰ ਬਣਾਉਣ ਦੇ ਵਿੱਚ ਬੜਾ ਮਾਰ ਹੈ ਪਰ ਮੈਂ ਗੱਲਾਂ ਜੀਆਂ ਸੁਣਦਾ ਹੁੰਦਾ ਸੀ ਸ਼ਮਸ਼ਾਦ ਦੀਆਂ ਵੀ ਬਾਈ ਐਂ ਕਰਨਾ ਚਾਹੀਦਾ ਬਾਈ ਜਿਉਂ ਕਰਨਾ ਚਾਹੀਦਾ ਤੇ ਮੈਂ ਕਿਹਾ ਵੇਖੀਏ ਤਾਂ ਸਹੀ ਸ਼ਮਸ਼ਾਦ ਕੋਲੇ ਇਹੋ ਜਿਹਾ ਕੀ ਤੀਰਾ ਪਰ ਜਦੋਂ ਬਾਈ ਮੈਂ ਗਿਆ ਤੇ ਸ਼ਮਸ਼ਾਦ ਦਾ ਘੋੜਾ ਵੇਖਿਆ ਤੇ ਦਿਲ ਐਂ ਆਨੰਦਨਾ ਭਾਰ ਉੱਠਿਆ ਕਿ ਬਾਈ ਆਪਣੀ ਪੰਜਾਬ ਨਸਲ ਦਾ ਸ਼ਮਸ਼ਾਦ ਰੱਖੀ ਬੈਠਾ ਤੇ ਪੈਰਾਂ 'ਲੀ ਮਾੜੇ ਜੇ ਨਿਗਾਹ ਮਾਰਿਓ ਪੰਜਾਬ ਨਸਲ ਦੇ ਪੈਰਾਂ ਦਾ ਤਾਂ ਤੁਸੀਂ ਦੇਖ ਲਓ ਵੀ ਤੋੜ ਹੀ ਹੈ ਨਹੀਂ ਨਾ ਮੈਂ ਕਹਿੰਨਾ ਵੀ ਇੰਡੀਆ ਦੇ ਵਿੱਚ ਕੋਈ ਤੋੜ ਹੀ ਹੈ ਨਹੀਂ ਇਹਦੇ ਪੈਰਾਂ ਦਾ ਤੇ ਉਸ ਤੋੜ ਨੂੰ ਜਾਂਦਾ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਇਹ ਕੋੜਾ ਪੂਰਾ ਦਾ ਪੂਰਾ ਪਰ ਇਹ ਦਾਰਾਪੁਰ ਵਾਲੇ ਖਲੀ ਦਾ ਬੱਚਾ ਜ਼ਰੂਰ ਆ ਪਰ ਇਹ ਕਈ ਲਾਈਨਾਂ ਦਾ ਸੁਮੇਲ ਹੈ ਇਹਦੀ ਮਾਂ ਹੈ ਜਿਹੜੀ ਇਸ ਘੋੜੇ ਦੀ ਉਹ ਪਾਂਦਲੇ ਵਾਲੇ ਬਾਜ ਘੋੜੇ ਦੀ ਆ ਜਿਹੜਾ ਇੰਡੀਆ ਦੇ ਸਭ ਤੋਂ ਉੱਚੇ ਘੋੜਿਆਂ ਦੇ ਵਿੱਚੋਂ ਮਾਰਵਾੜੀ ਘੋੜਿਆਂ ਦੇ ਵਿੱਚੋਂ ਇੱਕ ਆ ਇਹਦੀ ਨਾਨੀ 64 65 ਇੰਚ ਦੀ ਘੋੜੀ ਸੀ ਸ਼ਮਸ਼ਾਦ ਕੇ ਘਰੇ ਇਹ 2 3 ਲਾਈਨਾਂ ਦਾ ਸਮੇਲ ਹੈ ਸੱਜਣੋ ਪਰ ਇਸ ਵਕਤ ਰਿਪਰਜੈਂਟ ਕਰਦਾ ਪੰਜਾਬ ਨਸਲ ਨੂੰ ਫਿਰ ਪੰਜਾਬ ਨਸਲ ਦਾ ਹੋਵੇ ਤੇ ਸਾਰੇ ਗੁਣ ਨਾ ਹੋਣ ਇਹ ਤਾਂ ਹੋ ਨਹੀਂ ਸਕਦਾ ਇਹਦੀ ਕੱਦ ਕਾਠੀ ਇਹਦਾ ਪਲਵਾਨ ਟੈਪ ਇਹਦਾ ਸਰੀਰ ਸਜਣੂ ਇਹਦਾ ਨਰਵਾਪਣ ਇਹਦੇ ਕੋਲੇ ਵੱਡੀ ਚਾਲ ਇਹਦੇ ਕੋਲੇ ਛੋਟੀ ਚਾਲ ਸਭ ਕੁਝ ਇਸ ਘੋੜੇ ਦੇ ਵਿੱਚ ਮੌਜੂਦ ਆ ਅਸਲ ਦੇ ਵਿੱਚ ਸ਼ਮਸ਼ਾਦ ਖੁਦ ਬਹੁਤ ਮਾਰ ਆ ਪੈਰਾਂ ਦਾ ਵੀ ਤੇ ਘੋੜਿਆਂ ਨੂੰ ਤੋਰਨ ਤਾਰਨ ਦਾ ਵੀ ਸ਼ਕੀਨ ਆ ਆਇ ਨੀਗਾ ਬਈ ਭਾਈ ਜੇ ਘੋੜਾ ਰੱਖਿਆ ਤੇ ਸ਼ਮਸ਼ਾਦ ਹੋਣੀ ਸਾਰੀ ਦਿਹਾੜੀ ਕੰਮ ਤੇ ਹੀ ਤੁਰੇ ਫਿਰਦੇ ਆ ਇਹ ਤੇ ਬਹਿਣ ਵਾਸਤੇ ਵੀ ਫੁੱਲ ਟਾਈਮ ਦਿੰਦਾ ਸ਼ਮਸ਼ਾਦ ਇਹਨੂੰ ਘੋੜੇ ਨੂੰ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਮੇਰਾ ਨਿੱਜੀ ਤਜਰਬਾ ਹੈ ਘੋੜੇ ਕਿਸੇ ਇੱਕ ਬੰਦੇ ਦੇ ਸ਼ੌਂਕ ਨਾ ਨਹੀਂ ਪਲਦੇ ਸੱਜਣੋ ਇਹ ਤਾਂ ਤੁਹਾਡੇ ਘਰੇ ਬੁੜੀਆਂ ਨੂੰ ਵੀ ਸ਼ੌਂਕ ਹੋਵੇ ਫਿਰ ਕਿਤੇ ਜਾ ਕੇ ਘੋੜੇ ਪਾਲਦੇ ਆ ਕੋਈ ਇਹਨੂੰ ਕੌਲੇ ਨਾ ਪਾਵੇ ਕੋਈ ਬਠੜ ਨਾ ਪਾਵੇ ਤੇ ਕੋਈ ਤੁਰਿਆ ਜਾਂਦਾ ਬੁਰਕੀ ਵੀ ਇਹਦੇ ਮੂੰਹ 'ਚ ਦੇਵੇ ਫਿਰ ਕਿਤੇ ਜਾ ਕੇ ਘੋੜੇ ਦੀ ਸਾਰੇ ਦਿਨ ਦੀ ਖਰਾਕ ਪੂਰੀ ਹੁੰਦੀ ਆ ਤੇ ਮੈਂ ਸ਼ਮਸ਼ਾਦ ਕੇ ਘਰੇ ਜਾ ਕੇ ਵੇਖਿਆ ਕਿ ਘਰ ਦਾ ਇੱਕ ਇੱਕ ਮੈਂਬਰ ਖਲੀ 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 ਕਰਦਾ ਫਿਰਦਾ ਤਾਂ ਬੜਾ ਆਨੰਦ ਆਇਆ ਸੱਚ ਨੂੰ ਜੇ ਕਿਸੇ ਵੀ ਸੱਜਣ ਨੇ ਇਸ ਘੋੜੇ ਦੀ ਸਟੱਡ ਸਰਵਿਸ ਲੈਣੀ ਆ ਤਾਂ ਤੁਸੀਂ ਸ਼ਮਸ਼ਾਦ ਨਾਲ ਫੋਨ ਤੇ ਸੰਪਰਕ ਕਰ ਸਕਦੇ ਆ ਤੇ ਬਾਕੀ ਪੰਜਾਬ ਨਸਲ ਦਾ ਤੇ ਉਹ ਵੀ ਨੀਲਾ ਤੇ ਉਹ ਵੀ ਪੰਜਾਬ ਨਸਲ ਨੂੰ ਐ ਸਾਰੇ ਪਾਸਿਓਂ ਰਿਪਰੈਜ਼ੈਂਟ ਕਰਨ ਵਾਲਾ ਘੋੜਾ ਸੱਜਣੂ ਜੇ ਤੁਹਾਨੂੰ ਆਇਆ ਪਸੰਦ ਤੇ ਤੁਹਾਡੀ ਰੂਹ ਹੈਗੀ ਆ ਖੁਸ਼ ਇਸ ਗੱਲ ਲਈ ਕਿ ਸ਼ਮਸ਼ਾਦ ਨੇ ਪੰਜਾਬ ਨਸਲ ਦੇ ਘੋੜੇ ਨੂੰ ਸਾਂਭਿਆ ਹੋਇਆ ਤੇ ਫਿਰ ਬਈ ਡਟ ਕੇ ਸ਼ੇਅਰ ਕਰ ਦਿਓ ਸ਼ੇਅਰ ਸ਼ੁਰੂ ਕਰਨ ਕੱਢਣ ਵਾਲਾ ਧੂਆਂ ਕੱਢ ਦਿਓ ਜੇ ਤੁਸੀਂ ਪੰਜਾਬ ਨਸਲ ਨੂੰ ਪਿਆਰ ਕਰਦੇ ਆ ਤੇ ਜੇ ਕਿਸੇ ਵੀ ਸੱਜਣ ਨੇ ਸਟੱਟ ਸਰਵਿਸ ਲੈਣੀ ਆ ਇਸ ਘੋੜੇ ਤੋਂ ਤੇ ਸ਼ਮਸ਼ਾਦ ਨਾਲ ਸੰਪਰਕ ਸਜਣੋ ਕਰ ਸਕਦੇ ਆ ਨੰਬਰ ਤੁਹਾਡੇ ਸਾਹਮਣੇ ਆ ਤੇ ਗੱਲਬਾਤ ਕਰਾਊਗਾ ਮੁੰਡਾ ਤਯਾਰਬੇ بڑے ਮੁੰਡੇ ਨੇ ਸਾਂਝੇ ਕੀਤੇ ਆ ਐਂਟਰਵਿਊ ਵੀ ਆਊਗੀ ਉਹਦਾ ਵੀ ਇੰਤਜ਼ਾਰ ਰੱਖਿਓ ਸ਼ਮਸ਼ਾਦ ਦੀ ਐਂਟਰਵਿਊ ਆਊਗੀ ਘੋੜੇ ਤੇ ਉਹ ਵੀ ਇੰਤਜ਼ਾਰ ਰੱਖਿਓ